ਬਿਲਕੁਲ ਜੀ ਬਿਲਕੁਲ ਲੋਕਾਂ ਦੀ ਜੇਬ 'ਚ ਰੱਕਾ ਪੈ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸ਼ਾਇਦ ਵੀ ਲੋਕੀ ਇਹ ਨਿੱਤ ਡੇਲੀ ਵਧਾਉਂਦੇ ਆ ਰੋਜ਼ ਤੇਲ ਵੱਧਦਾ ਲੋਕੀ ਪਤਾ ਨਹੀਂ ਯਾਰ ਸਾਡੇ ਕਾਹਤੋਂ ਨਹੀਂ ਜਾਗਦੇ ਹੈਗੇ ਲੋਕਾਂ ਨੂੰ ਜਾਗਣਾ ਪਊਗਾ ਨਹੀਂ ਤਾਂ ਐਂ ਕੋਈ ਪਿਛਲੇ ਸਾਲ ਦਾ ਕੋਈ ਇਹੋ ਜਿਹਾ ਦਿਨ ਨਹੀਂ ਜਿੱਦਣ ਤੇਲ ਦੀ ਕੀਮਤ ਨਹੀਂ ਵਧਾਈ ਗਈ ਔਰ ਉਹਦੇ ਨਾਲ ਮਹਿੰਗਾਈ ਅੰਤਾਂ ਦੀ ਆ ਗਈ ਆਮ ਲੋਕਾਂ ਦਾ ਬਹੁਤ ਬੁਰਾ ਹਾਲ ਆ ਕੰਜ਼ੂਮਰ ਕੱਟ ਕੇ ਰੱਖਤਾ ਜੀ ਉਹਨਾਂ ਦਾ ਪਤਾ ਨਹੀਂ ਜਿਹੜੇ ਇਹਨਾਂ ਦੇ ਕੋਈ ਭਗਤ ਨੇ ਉਹਨਾਂ ਨੂੰ ਠੀਕ ਆ ਭਾਈ ਸੂਟ ਕਰਦਾ ਹੋਊਗਾ ਪਰ ਸਾਨੂੰ ਆਮ ਲੋਕਾਂ ਨੂੰ ਸਾਡੇ ਤਾਂ ਬਹੁਤ ਬੁਰਾ ਹਾਲ ਆ ਅਸੀਂ ਖੇਤੀ ਸੈਕਟਰ ਨੂੰ ਬਿਲੋਂਗ ਕਰਦੇ ਦੇਖੋ ਜੀ ਉਹ ਕੋਵਿਡ ਦੀ ਮਾਰ ਜਿਹੜੀ ਸੀ ਉਹ ਕੁਦਰਤੀ ਸੀ ਪਰ ਤੇਲ ਦੀ ਮਾਰ ਤਾਂ ਸਾਡੀ ਆਪਦੀ ਸਰਕਾਰ ਨੇ ਆਪਦੇ ਤੇ ਮਾਰੀ ਆ ਨਾ ਜੀ ਉਹ ਕੋਵਿਡ ਦੀ ਮਾਰ ਕੁਦਰਤੀ ਸੀ ਪਰ ਤੇਲ ਦੀ ਜਿਹੜੀ ਇਹ ਮਾਰ ਆ ਇਹ ਸਾਡੀ ਸਰਕਾਰਾਂ ਨੇ ਆਪਦੀ ਮਾਰੀ ਉੱਧਰ ਮੇਰੇ ਕਿਸਾਨ ਵੀ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਉਹਨਾਂ ਦੀ ਨਹੀਂ ਸੁਣਵਾਇਆ ਰਹੀ ਹੋ ਰਹੀ ਪਿੱਛੇ ਆਉਣ ਵਾਲਾ ਸੀਜ਼ਨ ਆ ਗਿਆ ਜੀ ਕਣਕ ਦਾ ਸੀਜ਼ਨ ਆ ਗਿਆ ਤੇਲ ਦੀ ਇਹ ਕੀਮਤ ਵਧਾਈ ਜਾਂਦੀ ਆ ਉਹਨਾਂ ਦਾ ਕੀ ਹਾਲ ਹੋਊ ਜੀ ਇੰਨਾ ਤੇਲ ਇੰਨਾ ਜ਼ਿਆਦਾ ਤਾਂ ਵੀ ਕਦੇ ਸੁਣਿਆ ਨਹੀਂ ਸੀ ਜਿੰਨਾ ਬੀਜੇਪੀ ਦੀ ਸਰਕਾਰ 'ਚ ਹਰੇਕ ਸਾਲ ਵਧਿਆ ਕਰੋਨਾ ਦੀ ਮਾਰ ਦੇ ਵਿੱਚ ਜਦੋਂ ਤੇਲ ਕੰਪਨੀਆਂ ਤੇਲ ਵੇਚਣ ਲਈ ਲੋਕਾਂ ਨੂੰ ਹਾਕਾਂ ਮਾਰਦੀਆਂ ਸੀ ਵੀ ਆ ਜਾਓ ਭਾਈ ਤੇਲ ਲੈ ਲਓ ਇਹਨਾਂ ਲੋਕਾਂ ਨੇ ਉਦੋਂ ਵੀ ਤੇਲ ਉਹਨੂੰ ਵਧਾਈ ਗਏ ਸਾਡੇ ਗੁਆਂਢੀ ਮੁਲਕ ਨੂੰ ਜਿਹਨੂੰ ਇਹ ਸਵੇਰੇ ਸ਼ਾਮ ਪਾਣੀ ਪੀ ਪੀ ਕੇ ਗਾਲਾਂ ਕੱਢਦੇ ਆ ਉਹਨਾਂ ਨੇ ਵੀ 40 ਰੁਪਏ ਲੀਟਰ ਡੀਜ਼ਲ ਸਸਤਾ ਕਰਤਾ ਸੀ ਪਰ ਸਾਡੀ ਮੋਦੀ ਸਰਕਾਰ ਨੂੰ ਪਤਾ ਨਹੀਂ ਕੀ ਗੱਲ ਆ ਜੀ ਇਹ ਨਹੀਂ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਮੇਰੇ ਆਮ ਲੋਕਾਂ ਨੂੰ ਅਪੀਲ ਆ ਵੀ ਉੱਠੋ ਜਾਗੋ ਜੇ ਹੁਣ ਨਾ ਜਾਗੇ ਫਿਰ ਕਦੇ ਵੀ ਜਾਗੋ।